ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਟਵਾਈਸ ਇਸਲੈਂਡ ਹੈਪੀਨੈਸ ਬਿਗਿਨਸ ਹੇਅਰ ਜੋ ਕਿ ਰੋਪੜ ਵਿਖੇ ਸਥਿਤ ਹੈ। ਟਵਾਈਸ ਇਸਲੈਂਡ ਆਪਣੇ ਇਲਾਕੇ ਵਿੱਚ ਹੀ ਨਹੀਂ ਬਲਕਿ ਦੂਰ ਦੂਰ ਤੱਕ ਇੱਕ ਬ੍ਰਾਂਡ ਬਣ ਚੁੱਕਾ ਹੈ। ਇੱਥੇ ਬੱਚਿਆਂ ਦੇ ਹਰ ਤਰ੍ਹਾਂ ਦੇ ਖਿਡੌਣੇ ਬਹੁਤ ਹੀ ਵਧੀਆ ਕੁਆਲਿਟੀ ਦੇ ਅਤੇ ਬਹੁਤ ਹੀ ਵਾਜਿਬ ਦਾਮਾਂ 'ਤੇ ਮੌਜੂਦ ਨੇ। ਇੱਥੇ ਨਿਊ ਬੋਰਨ ਬੇਬੀ ਪ੍ਰੋਡਕਟਸ, ਕਿਡਸ ਵੀਅਰ, ਸਕੂਲ ਬੈਗਸ, ਬਰਥਡੇ ਡੈਕੋਰੇਸ਼ਨਸ, ਸਪੋਰਟਸ ਗੁੱਡਸ, ਮਿਊਜ਼ਿਕ ਸੈਕਸ਼ਨ ਅਤੇ ਹੋਰ ਵੱਖ ਵੱਖ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਸਾਡੀ ਟੀਮ ਨੇ ਇੱਥੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਟੋਇਜ਼ ਇਸਲੈਂਡ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਇੱਥੋਂ ਦੇ ਓਨਰ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਟੋਇਜ਼ ਇਸਲੈਂਡ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੋ ਜੇਕਰ ਤੁਸੀਂ ਵੀ ਵਧੀਆ ਕੁਆਲਿਟੀ ਦੇ ਟੋਇਜ਼ ਉਹ ਵੀ ਵਾਜਿਬ ਦਾਮਾਂ 'ਤੇ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਟੋਇਜ਼ ਇਸਲੈਂਡ ਰੋਪੜ। ਤੁਹਾਡਾ ਟੋਇਜ਼ ਇਸਲੈਂਡ ਨਾਲ ਤੁਸੀਂ ਆਏ ਹੋ ਇੱਥੇ ਔਰ ਟੋਇਜ਼ ਲਿੱਤੇ, ਤੁਸੀਂ ਕਾਫੀ ਵਧੀਆ ਬੱਚਿਆਂ ਨੇ ਸਿਲੈਕਟ ਕੀਤੇ। ਪਹਿਲਾਂ ਆਪਾਂ ਬੱਚਿਆਂ ਨਾਲ ਹੀ ਗੱਲ ਕਰਾਂਗੇ। ਬੇਟਾ ਕਿੱਦਾਂ ਦੇ ਲੱਗੇ ਟੋਇਜ਼? ਵਧੀਆ ਜੀ। ਪੂਰੇ ਸਿਲੈਕਟ ਹੋ ਗਏ, ਮਜ਼ਾ ਆ ਗਿਆ ਪੂਰਾ? ਹਾਂਜੀ। ਭਾਈ ਸਾਹਿਬ ਕਿੱਦਾਂ ਲੱਗੇ? 6 ਨੇ, ਕਾਫੀ ਕੁਆਲਿਟੀਜ਼ ਹੈਗੀਆਂ ਨੇ, ਮਤਲਬ ਵੈਰਾਈਟੀ ਪੂਰੀ ਹੈ। ਹਾਂਜੀ ਹਾਂਜੀ। ਔਰ ਰੇਟਸ ਵੀ ਬੜੇ ਕੰਪਲੀਮੈਂਟਰੀ ਜੇ, ਮਤਲਬ ਜਾਇਜ਼ ਰੇਟ ਲੱਗੇ ਤੁਹਾਨੂੰ? ਹਾਂਜੀ ਠੀਕ ਨੇ, ਸਹੀ ਨੇ। ਤੁਹਾਨੂੰ ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਦੋਨੋਂ ਬੱਚਿਆਂ ਦੀ ਸ਼ਾਪਿੰਗ। ਬਹੁਤ ਬੜੀ ਜੀ। ਕੀ ਕਹਿਣਾ ਚਾਹੋਗੇ ਕਿ ਇਹ ਇਸ ਚੀਜ਼ ਦੀ ਜ਼ਰੂਰਤ ਥੀ ਰੋਪੜ ਮੇਂ, ਜਿਸ ਤਰੀਕੇ ਸੇ ਇਹਨਾਂ ਨੇ ਨੈਟਵਰਕ ਯਹਾਂ ਲਾਇਆ? ਬੈਸਟ ਸ਼ਾਪ ਹੈ, ਕਾਫੀ ਟਾਈਮ ਆ ਚੁੱਕੇ ਹਾਂ ਯਹਾਂ ਪੇ। ਬੱਚੋ ਕੋ ਵੀ ਸਾਰੀ ਚੀਜ਼ ਆਪਕੋ ਯਹਾਂ ਪਰ ਉਪਲਬਧ ਰਹਤੀ ਹੈ? ਹਾਂਜੀ ਹਾਂਜੀ, ਸਭ ਹੈ, ਆਲ ਆਲ ਟਾਈਮ ਫੇਵਰੇਟ ਸ਼ਾਪ। ਪਹਿਲੇ ਹਮੇ ਪਹਿਲਾਂ ਤੁਹਾਨੂੰ ਜਾਣਾ ਪੈਂਦਾ ਸੀਗਾ ਚੰਡੀਗੜ੍ਹ ਜਾਂ ਮੋਹਾਲੀ? ਅਸੀਂ ਬਰਿੰਡੇ ਤੋਂ ਹਾਂ, ਬਟ ਅਸੀਂ ਹੁਣ ਵਿਜ਼ਿਟ ਕਰ ਰਹੇ ਸੀ ਤਾਂ ਇੱਥੇ ਸਾਰੀ ਅਵੇਲੇਬਿਲਟੀ ਮਿਲ ਗਈ ਹੈ ਸਾਨੂੰ, ਸਾਰੇ ਪ੍ਰੋਡਕਟਸ ਬੱਚਿਆਂ ਦੇ ਸਾਰੇ। ਵੈਰੀ ਮਚ ਸੈਟੀਸਫਾਈਡ, ਬਹੁਤ ਅੱਛਾ ਸਮਾਨ ਹੈ, ਸਾਰੇ ਬ੍ਰਾਂਡਸ ਦਾ ਨੀਚੇ ਟੋਇਜ਼ ਚ ਵੀ ਤੇ ਬਾਕੀ ਫ੍ਰੈਂਡਲੀ ਵੀ ਹੈ, ਮਤਲਬ ਇਦਾਂ ਦਾ ਨਹੀਂ ਜ਼ਿਆਦਾ ਬਹੁਤ ਜ਼ਿਆਦਾ ਮਹਿੰਗੇ ਰੇਟ ਆ। ਮਹਿੰਗੀ ਦੀ ਗੱਲ ਹੀ ਨਹੀਂ, ਜੇ ਬੱਚੇ ਦੀ ਗੱਲ ਆ ਜੀ ਨਾ, ਮਹਿੰਗੀ ਦੀ ਗੱਲ ਹੁੰਦੀ ਨਹੀਂ, ਹੁੰਦੀ ਆ ਅਵੇਲੇਬਿਲਟੀ ਦੀ, ਕੁਆਲਿਟੀ ਦੀ। ਹਾਂ, ਕੁਆਲਿਟੀ ਦੀ ਤੇ ਅਵੇਲੇਬਿਲਟੀ ਦੀ ਉਹ ਸਾਨੂੰ ਇੱਥੇ ਮਿਲੇ। ਇਹ ਸਾਡੇ ਕਿ ਬੱਚਿਆਂ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਇੱਥੇ ਅਵੇਲੇਬਲ ਹੈਗਾ, ਔਰ ਉਹਨਾਂ ਦੇ ਟੋਇਜ਼, ਉਹਨਾਂ ਦੇ ਨਾਲ ਅਟੈਚ ਜਿਹੜੇ ਚੀਜ਼ਾਂ ਹੈਗੀਆਂ, ਹਰ ਚੀਜ਼ ਇੱਥੇ ਅਵੇਲੇਬਲ ਹੈਗੀ ਆ। ਕਿੱਦਾਂ ਦਾ ਐਕਸਪੀਰੀਅੰਸ ਹੈਗਾ ਇਹ ਜਿਹੜਾ ਟੋਇਜ਼ ਲੈਂਡ ਦੇ ਤੁਸੀਂ ਆਇਓ, ਔਰ ਬੱਚਾ ਬੜਾ ਮਜ਼ੇ ਲੈ ਰਿਹਾ, ਕਦੇ ਕੀ ਉਠਾ ਲੈਂਦਾ ਕਦੇ ਕੀ ਉਠਾ ਲੈਂਦਾ, ਔਰ ਇੰਜੋਏ ਕਰ ਰਿਹਾ। ਤਕਰੀਬਨ ਜੀ ਇਸ ਇਹਦਾ ਇੱਥੇ ਦਾ ਐਕਸਪੀਰੀਅੰਸ ਇਹ ਹੈ ਵੀ ਜਦੋਂ ਵੀ ਅਸੀਂ ਗੁਜ਼ਰੀਏ ਨਾ, ਹੋਰ ਕਿਸੇ ਚੀਜ਼ ਦੀ ਪਹਿਚਾਣ ਨਾ ਹੋਵੇ ਇਹਨੂੰ, ਬਸ ਜਿਸ ਤਰ੍ਹਾਂ ਹੁਣ ਮੈਨੂੰ ਵਾਪਸ ਮੋੜ ਕੇ ਲਿਆਇਆ ਇਹ, ਇਹਨੂੰ ਟੋਇਜ਼ ਦਾ ਮਤਲਬ ਨਾ ਹਰ ਵਾਰੀ ਨਵਾਂ ਟੋਇਜ਼ ਲੈ ਕੇ ਜਾਣਾ ਹੀ ਜਾਣਾ ਇਹਨਾਂ ਦੀ ਸਪੈਸ਼ਲਿਟੀ ਇਹ ਆ ਵੀ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੈ, ਲਾਈਕ ਫਰੋਮ ਦ ਬਿਗਨਿੰਗ ਟੂ ਐਂਡ, ਤੁਹਾਨੂੰ ਬੱਚੇ ਲਈ ਕੁਛ ਵੀ ਇੱਥੇ ਮਿਲ ਸਕਦਾ। ਹਾਂਜੀ, ਦਾਦੀ ਵੀ ਬਿਲਕੁਲ ਖੁਸ਼ ਹੈ ਜੀ, ਇੱਥੇ ਹਰ ਇੱਕ ਵਰਾਇਟੀ ਮਿਲ ਜਾਂਦੀ ਜੀ, ਸਾਨੂੰ ਹੋਰ ਕਿਤੇ ਵੀ ਜਾਣਾ ਨਹੀਂ ਪੈਂਦਾ। ਇਹਨਾਂ ਦੇ ਡਾਈਪਰਸ ਐਂਡ ਅਦਰ ਥਿੰਗਸ ਉਹ ਵੀ ਇੱਥੇ ਅਵੇਲੇਬਲ ਹੈ, ਟੋਇਜ਼ ਵੀ ਹੈ। ਅੱਛਾ, ਰੀਡਿੰਗ ਸੈਕਸ਼ਨ ਬਹੁਤ ਕਮੈਂਡੇਬਲ ਹੈ ਇੱਥੇ ਦਾ, ਬਹੁਤ ਵਧੀਆ ਰੀਡਿੰਗ ਸੈਕਸ਼ਨ। ਜਦੋਂ 15 ਇਹਨੇ ਮਤਲਬ ਆਪਾਂ ਨੂੰ ਹਰ ਚੀਜ਼ ਮਿਲ ਜਾਂਦੀ ਮਿਲ ਜਾਂਦੀ, ਮਤਲਬ ਇੰਨਾ ਕੁ ਹੁੰਦਾ ਆ ਵੀ ਹਰ ਵਾਰ ਕੁਛ ਨਿਊ ਮਿਲ ਜਾਂਦਾ ਬੱਚੇ ਦੇ ਲਈ। ਥੈਂਕ ਯੂ।
हेलो सर एंड मैम, आपको हम अपनी दुकान के शॉप की सैर कराते हैं। ये मैम हमारे पास स्कूल बैग्स हैं, ठीक है। ये पर्स हो गए मैम, ट्रॉली बैग हो गए स्कूल के, सीनरीज, टिफ़न्स हो गए जैसे बुक्स होगी बच्चों की, ये पर्स हैं फैंसी, टिफ़न हो गए मिल्टन में, सेलो में टिफ़न की हमारे पास बहुत क्वालिटी है। इधर वॉच होगी, बाकी मैम बच्चों का है, पेन वगैरह है, इरेजर वगैरह, पजल्स वगैरह, ठीक है। ये कलरिंग किट्स हैं, स्लाइम्स हैं, बाकी ये वुडन में हैं बच्चों के लिए ब्लॉक्स, और ये स्टेशनरी मटेरियल है, जैसे एज आ बच्चे हम यूज़ भी कर सकते हैं, रिटर्न गिफ्ट या स्कूल वगैरह में भी दे सकते हैं। ये बर्थडे सेक्शन है, इधर भी हम बर्थडे सेक्शन में हमारे पास सभी वैरायटी है। बाकी ये गिफ्ट आइटम है हमारे पास, इधर गिफ्ट आइटम में हमारे पास सीनरी है, कप्स हैं, लैंप्स हैं, ये हम गिफ्ट कर सकते हैं। और इधर ज्योमेट्री बॉक्स हैं हमारे पास स्टेशनरी में, इधर भी हैं किड्स रैम है हमारे पास, वॉकर्स हैं, स्टडी टेबल्स हैं वुडन में भी, एडजस्टेबल में भी, गार्डन स्विंग, स्लाइड, राइडर्स हैं हर तरह के, ट्राई साइकिल्स हैं, हर तरह की क्वालिटी है हमारे पास। और बैटरी ऑपरेटिंग में हमारे पास हर तरह की गाड़ियाँ हैं, बाइक्स हैं, स्कूटर वगैरह हैं, और क्वालिटी हमारे पास अच्छी है सबसे, साइकिल्स हो गए, 1 फुट स्कूटर्स हो गए। सर ये हमारे बेसमेंट का न्यू बॉर्न सेक्शन है, न्यू बॉर्न के सारे क्लॉथ्स हैं हमारे पास, हर तरह की वैरायटी न्यू बॉर्न की मिलेगी हमारे पास, ठीक है। जैसे शूज़ हो गए, बेलीज हो गए, सैंडल्स हो गए, हर तरह की वैरायटी है। ये टॉवल्स वगैरह हैं, सब कुछ है। बाकी सर जैसे ये तीथर हो गए हैंगिंग में, ये सभी न्यू बॉर्न की ज़रूरत की चीज़ें हैं। बाकी सर बेबी प्रोडक्ट हैं हमारे पास, मदर बैग हो गए, बेबी प्रोडक्ट में हमारे पास चीकू, मिमी, मदर केयर वगैरह सभी के हैं ब्रांड, फीडिंग बॉटल्स हो गए। बाकी क्लोथ्स सर हमारे पास 15-16 साल तक के बच्चों के हैं, बॉय के भी गर्ल के भी। बाकी सर फैंसी ड्रेसेस हो गई, जैसे आप देख ही रहे हो, वेस्टर्न और इंडियन दोनों हैं। ਹੁਣ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਕ੍ਰੀਏਟਰ ਦੇ ਨਾਲ ਜਿਹਨੇ ਇਹ ਸਾਰਾ ਬੂਟਾ ਲਾਇਆ। ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ, ਧੰਨਵਾਦ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਦੋਂ ਬੰਦਾ ਅੰਦਰ ਆਉਂਦਾ ਤਾਂ ਉਹਨੂੰ ਇੱਕ ਫੀਲਿੰਗ ਆਉਂਦੀ ਆ ਵੀ ਜਿੱਦਾਂ ਅਸੀਂ ਚੰਡੀਗੜ੍ਹ ਜਾਂ ਵੱਡੇ ਵੱਡੇ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਇੱਕ ਸ਼ੋਰੂਮ ਦੇਖ ਰਹੇ ਹਾਂ ਜਿਹਦੇ 'ਚ ਹਰ ਤਰ੍ਹਾਂ ਦੀ ਬੱਚਿਆਂ ਦੇ ਲਈ ਟੁਆਇਜ਼, ਬੱਚਿਆਂ ਦੇ ਲਈ ਹਰ ਚੀਜ਼, ਕੀ ਕਹਿਣਾ ਚਾਹੋਗੇ ਕਿਵੇਂ ਤੁਹਾਡੇ ਮਨ 'ਚ ਕੰਸੈਪਟ ਆਇਆ ਕਿ ਲਿਫਟਾਂ ਲਾ ਕੇ ਔਰ ਇੰਨੀ ਵਧੀਆ ਉੱਪਰ ਨੀਚੇ 3 ਮੰਜ਼ਿਲਾਂ ਬਣਾ ਕੇ ਇੱਕ ਗ੍ਰੇਸਫੁੱਲ ਜਿਹੜੀ ਐਕਸਪੀਰੀਅੰਸ ਆ ਰੋਪੜ ਵਾਸੀਆਂ ਨੂੰ ਦਿੱਤੀ ਆ ਤੁਸੀਂ? ਸਾਡੇ ਸ਼ੁਰੂ 'ਚ ਮਾਇੰਡ 'ਚ ਸੀ ਵੀ ਇਸ ਤਰੀਕੇ ਦਾ ਕਰਿਆ ਜਾਵੇ ਵੀ ਕਸਟਮਰ ਨੂੰ ਇੱਕ ਹੀ ਛੱਤ ਨੀਚੇ ਸਾਰਾ ਕੁਛ ਮਿਲ ਜਾਵੇ, ਉਹਨੂੰ ਕੱਪੜੇ ਮਿਲ ਜਾਵੇ, ਟੁਆਇਜ਼ ਮਿਲ ਜਾਵੇ, ਕਿਡਸ ਦੀ ਜੋ ਜ਼ਰੂਰਤ ਹੁੰਦੀ ਹੈ ਉਹ ਸਾਰੀ ਉਹਨੂੰ ਇੱਕ ਛੱਤ ਦੇ ਨੀਚੇ ਸਾਰੀ ਮਿਲ ਜਾਵੇ ਔਰ ਸਹੀ ਕੁਆਲਿਟੀ ਔਰ ਸਹੀ ਰੇਟ 'ਤੇ ਮਿਲ ਜਾਵੇ। ਨਹੀਂ ਤਾਂ ਅੱਜ ਕੱਲ੍ਹ ਡੁਪਲੀਕੇਸੀ ਬਹੁਤ ਆ ਰਹੀ ਹੈ, ਰੇਟਸ ਨਹੀਂ ਮਿਲਦੇ, ਵਰਾਇਟੀ ਨਹੀਂ ਮਿਲਦੀ ਕਸਟਮਰ ਨੂੰ, ਕਸਟਮਰ ਜਗ੍ਹਾ ਜਗ੍ਹਾ ਭਟਕਦਾ ਰਹਿੰਦਾ ਹੈ, ਪੂਰੇ ਉਹਨਾਂ ਨੂੰ ਲੱਗਦਾ ਵੀ ਹਾਂ ਆ ਕੇ ਸਾਰਾ ਕੁਛ ਮਿਲ ਗਿਆ ਵੀ ਸਾਰੀ ਵਰਾਇਟੀ ਮਿਲ ਗਈ, ਰੇਟਸ ਜੈਨੂਨ ਮਿਲ ਗਏ, ਓਰਿਜਨੈਲਿਟੀ ਮਿਲ ਗਈ ਸਾਰਾ ਕੁਛ, ਤਾਂ ਫਿਰ ਕਾਫੀ ਪਸੰਦ ਕਰ ਰਹੇ ਆ ਲੋਕ, ਕਾਫੀ ਪਸੰਦ ਕਰ ਰਹੇ ਆ। ਕੀ ਕਹਿਣਾ ਚਾਹੋਗੇ ਕਿ ਬੱਚਿਆਂ ਦਾ ਜਿਹੜਾ ਡਾਇਪਰ ਆ, ਬੱਚਿਆਂ ਦੇ ਪਾਊਡਰਸ ਆ, ਬੱਚਿਆਂ ਦੇ ਸਾਬਣ ਆ, ਬੱਚਿਆਂ ਦੇ ਨਾਲ ਜਿਹੜੀਆਂ ਚੀਜ਼ਾਂ ਅਟੈਚ ਹੈਗੀਆਂ ਉਹ ਸਾਰੀਆਂ ਵਧੀਆ ਕੁਆਲਿਟੀ ਦੀਆਂ ਔਰ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ, ਔਰ ਤੁਹਾਡੀ ਡਿਸਪਲੇਅਰ ਦੇ ਵਿੱਚ ਜਿਹੜੀਆਂ ਚੀਜ਼ਾਂ ਫ੍ਰੀ ਆ ਕੋਈ ਉਹ ਵੀ ਨਾਲ ਡਿਸਪਲੇਅਰ ਤੁਸੀਂ ਲਾ ਕੇ ਰੱਖਦੇ ਹੋ? ਹਾਂਜੀ, ਅਸੀਂ ਕਾਫੀ ਕੁਛ ਇਹਦੇ ਪਰ ਕੰਮ ਕਰਦੇ ਹਾਂ, ਜਿਵੇਂ ਪ੍ਰੋਡਕਟਸ ਸਿਵਾਮੈਡ ਆ ਗਿਆ, ਚੀਕੂ, ਮਦਰ ਕੇਅਰ, ਸਾਰੇ ਬ੍ਰਾਂਡਸ ਹੈ ਇਹਨਾਂ ਪਰ ਕਾਫੀ ਔਫਰ ਚਲਾਉਂਦੇ ਹਾਂ ਅਸੀਂ। ਮਦਰ ਕੇਅਰ ਮਿਮੀ ਪਰ ਤਾਂ ਵਾਈਫਸ ਨਾਲ 4 ਨਾਲ 4 ਫ੍ਰੀ ਵੀ ਦੇ ਰਹੇ ਹੈ, ਕਾਫੀ ਕੁਛ ਕਰ ਰਹੇ ਹੈ ਅਤੇ ਕਾਫੀ ਸਕੀਮਸ ਵਗੈਰਾ ਮਦਰ ਕੇਅਰ ਦੇ ਵੀ ਕਾਫੀ ਪ੍ਰੋਡਕਟਸ ਹੈ, ਡਾਇਪਰ 1 ਨਾਲ 1 ਫ੍ਰੀ ਚੱਲ ਰਿਹਾ ਇਸ ਟਾਈਮ, ਲਗਾਤਾਰ ਸਕੀਮਸ ਚੱਲਦੀ ਰਹਿੰਦੀ ਹੈ। ਕੀ ਕਹਿਣਾ ਚਾਹੋਗੇ ਕਿ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਆ ਸਕੀਮ ਦੇਣ ਦੀ? ਲੋਕ ਅੰਦਰ ਰੱਖਦੇ ਆ ਸਕੀਮਾਂ ਵਾਲੀਆਂ ਚੀਜ਼ਾਂ
ਤੁਸੀਂ ਡਿਸਪਲੇਅ 'ਚ ਰੱਖ ਦਿਓ ਕਿ ਹਰੇਕ ਜਿਹੜਾ ਸਾਡਾ ਕਸਟਮਰ ਆ ਉਹਨੂੰ ਫਾਇਦਾ ਮਿਲੇ ਔਰ ਉਹ ਸਾਡੇ ਨਾਲ ਵੱਧ ਤੋਂ ਵੱਧ ਜਿਹੜੇ ਕਸਟਮਰ ਚੇਨ ਬਣਾਉਣ 'ਤੇ ਜੁੜਨ। ਹਾਂਜੀ ਬਿਲਕੁਲ, ਸਾਡਾ ਹਮੇਸ਼ਾ ਹੀ ਮੋਟਿਵ ਰਿਹਾ ਹੈ ਵੀ ਕਸਟਮਰ ਸਾਡੇ ਨਾਲ ਜ਼ਿਆਦਾ ਜ਼ਿਆਦਾ ਜੁੜੇ, ਉਹਨਾਂ ਨੂੰ ਸਹੀ ਚੀਜ਼ ਸਹੀ ਰੇਟ 'ਤੇ ਮਿਲੇ, ਹਰ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ, ਅਸੀਂ ਉਰੀ ਪ੍ਰੋਵਾਈਡ ਕਰੀਏ, ਸਾਰੀ ਫੈਸਿਲਿਟੀ ਦਿੱਤੀ ਜਾਵੇ ਉਹਨਾਂ ਨੂੰ, ਅਤੇ ਬਸ ਉਹ ਚਾਹੁੰਦੇ ਆ ਵੀ ਉਹਨਾਂ ਨੂੰ ਉਹਨਾਂ ਦੀ ਜੋ ਚਾਹੁੰਦੇ ਆ ਜੋ ਵਿਸ਼ ਆ ਉਹ ਪੂਰੀ ਹੋਵੇ ਸਾਡੇ ਥਰੂ। ਸਭ ਤੋਂ ਵੱਡੀ ਗੱਲ ਹੈ ਕਿ ਗਿਫਟ ਆਈਟਮ ਅਤੇ ਹਰੇਕ ਬੱਚੇ ਦੇ ਜਿਹੜੀ ਬੱਚਿਆਂ ਦੇ ਲਈ ਜਨਮ ਦਿਨ 'ਤੇ ਇੱਕ ਦੂਜੇ ਨੂੰ ਡਿਸਪਲੇ ਕਰਨਿਆਂ ਦੇ ਨਾਲ ਇੱਕ ਦੂਜੇ ਨੂੰ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ, ਬੰਦਾ ਅੰਦਰ ਆ ਕੇ ਉਹਨੂੰ ਮਤਲਬ ਕੋਈ ਨਾ ਕੋਈ ਚੀਜ਼ ਪਸੰਦ ਆਈ ਜਾਂਦੀ ਆ ਕਿਉਂਕਿ ਹਰ ਤਰ੍ਹਾਂ ਦੀ ਵਰਾਇਟੀ ਹੈਗੀ ਹੈ। ਹਾਂਜੀ ਬਿਲਕੁਲ ਬਿਲਕੁਲ, ਉਰੇ ਬੱਚੇ ਆ ਕੇ ਖੁਸ਼ ਹੁੰਦੇ ਆ, ਘੁੰਮਦੇ ਫਿਰਦੇ ਆ, ਉਹ ਤਾਂ ਮਤਲਬ ਮਾਂ ਬਾਪ ਦੇ ਹੱਥ ਛੁਡਾ ਛੁਡਾ ਕੇ ਇੱਧਰ ਉੱਧਰ ਜਾਂਦੇ ਆ ਵੀ ਚਲੋ ਆਪਣੇ ਬੱਚੇ ਮਾਂ ਬਾਪ ਦਾ ਪਕੜਦੇ ਹੀ ਰਹਿੰਦੇ ਆ ਵੀ ਪਕੜੋ ਇਹਨਾਂ ਨੂੰ ਕਿੱਥੇ ਇੱਧਰ ਨਾ ਗਿਰ ਦਿਓ ਉੱਧਰ ਨਾ ਗਿਰ ਜਾਵੇ। ਠੀਕ ਹੈ, ਲਾਈਕ ਕਰਦੇ ਆ, ਬੱਚੇ ਵੀ ਬੜਾ ਪਸੰਦ ਆਉਂਦੇ ਆ, ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਵੀ ਹਾਂ ਠੀਕ ਹੈ ਵੀ ਪਸੰਦ ਲੋਕ ਪਸੰਦ ਕਰ ਰਹੇ ਆ ਸਾਡੇ ਸੈਟਅਪ ਨੂੰ। ਥੈਂਕ ਯੂ ਵੀਰ ਜੀ। ਥੈਂਕ ਯੂ।